हेलो गाइस, सब्सक्राइब करो भाई के चैनल को। गुड मॉर्निंग, अज है जी मंडे, रेंज बंद होंगी, अज ऑफ डे होंगे। अज चल जा रहा मैं सरबजोत ਹੋਰਾਂ ਕੋਲ, ਸਰਬਜੋਤ ਅਰਜੁਨ ਜੀਮਾ ਉਹ ਆਏ ਹੋਏ ਨੇ ਕੱਲ੍ਹ, ਉਹਨਾਂ ਦੀ ਰਾਤ ਫਲਾਈਟ ਦੀ ਅਰਾਈਵਲ ਸੀ, ਰਾਤ ਪਹੁੰਚ ਗਏ ਉੱਥੇ, ਇੱਥੇ ਹੋਟਲ ਦੇ ਵਿੱਚ ਰੁਕੇ ਨੇ। ਮੈਂ ਅੱਜ ਵਿਹਲਾ ਸੀ ਸਾਰਾ ਦਿਨ, ਜਿਮ ਤੋਂ ਵੀ ਔਫ, ਰੇਂਜ ਤੋਂ ਵੀ ਔਫ ਆ, ਉਹ ਕਹਿੰਦੇ ਮੇਰੇ ਕੋਲ ਆ ਜਾਓ, ਉਹਨਾਂ ਨੂੰ ਲੈਣ ਲਈ ਚਲਾ ਗਿਆ ਮੈਂ। ਉਹਨਾਂ ਕੋਲ ਚੱਲਦੇ ਹਾਂ ਕਿ ਫਿਰ ਕਰਦੇ ਉਹਨਾਂ ਨਾਲ ਗੱਲਬਾਤ, ਨਾਲੇ ਦਿੰਦੇ ਹਾਂ ਮੁਬਾਰਕ ਉਹਨਾਂ ਨੂੰ ਮੈਡਲ ਦੀਆਂ, ਉਹਨਾਂ ਦੇ ਮੈਡਲ ਦਾ ਜੋ ਏਸ਼ੀਅਨ ਗੇਮ ਦੇ ਵਿੱਚ ਦਿਓ ਮੁਬਾਰਕਾਂ ਜਦੋਂ ਆਪਾਂ ਮਿਲਾਂਗੇ। ਬਹੁਤ ਵਧੀਆ ਪਰਫੋਰਮੈਂਸ ਦਿੱਤੀ ਉਹਨਾਂ ਨੇ ਉੱਥੇ, ਕਾਫੀ ਮੈਡਲਸ ਆਏ ਸ਼ੂਟਿੰਗ ਦੇ ਵਿੱਚ, ਏਸ਼ੀਅਨ ਗੇਮ ਦੇ ਵਿੱਚ ਆਈ ਥਿੰਕ ਸਾਰਿਆਂ ਨਾਲੋਂ ਜ਼ਿਆਦਾ ਮੈਡਲਸ ਸ਼ੂਟਿੰਗ ਦੇ ਹੀ ਆਏ ਨੇ। ਬਹੁਤ ਵਧੀਆ ਪਰਫੋਰਮ ਕਰਿਆ ਇੰਡੀਅਨ ਸ਼ੂਟਰਸ ਨੇ ਉੱਥੇ ਏਸ਼ੀਅਨ ਗੇਮ ਦੇ ਵਿੱਚ। ਜਾ ਕੇ ਕਰਦੇ ਹਾਂ ਮੁਲਾਕਾਤ ਉਹਨਾਂ ਨਾਲ, ਤੁਹਾਨੂੰ ਵੀ ਦਿਖਾਉਣੇ ਆ ਕੀ ਬਣਦਾ। ਚਲੋ ਮਿਲਦੇ ਉਹਨਾਂ ਦੇ ਹੋਟਲ। ਦਿੱਲੀ ਦੀਆਂ ਬੱਤੀਆਂ ਬਹੁਤ ਤੰਗ ਕਰਦੀਆਂ ਜੀ, ਜਿੱਥੇ ਵੀ ਜਾਓ ਰੈੱਡ ਲਾਈਟ, ਜਿੱਥੇ ਵੀ ਜਾਓ ਰੈੱਡ ਲਾਈਟ। ਦੇਖੋ ਇੱਥੇ ਫੇਰ ਹੋਈ ਪਈ ਹੈ, ਬੜਾ ਔਖਾ ਦਿੱਲੀ ਦੇ ਵਿੱਚ ਡਰਾਈਵ ਕਰਨਾ। ਆ ਗਏ ਜੀ ਹੋਟਲ ਉਹਨਾਂ ਦੀ ਅਸ਼ੋਕ, ਮਿਲਦੇ ਜਾ ਕੇ ਉਹਨਾਂ ਨੂੰ। ਹਾਂਜੀ ਦੇਖਦੇ ਹਾਂ ਕਿੱਥੇ ਆ ਆਪਣਾ ਬੰਦਾ। ਹਾਂਜੀ ਮੁਬਾਰਕਾਂ ਜੀ, ਬਹੁਤ ਬਹੁਤ ਹੋਰ ਬਹੁਤ ਵਧੀਆ ਪਰਫੋਰਮ ਕਰਿਆ, ਸਵਾਦ ਲਿਆਦਾ। ਲੋ ਜੀ ਤੁਸੀਂ ਮੁਬਾਰਕਾਂ ਦਿਓ ਜੀ ਇਹਨੂੰ, ਥੈਂਕ ਯੂ ਕਹਿ ਦੇ। ਥੈਂਕ ਯੂ ਸੋ ਮਚ ਗਾਇਸ, ਇਹਨਾਂ ਦਾ ਆਇਆ ਜੀ ਮੈਡਲ ਏਸ਼ੀਅਨ ਗੇਮ ਦੇ ਵਿੱਚ। ਕੈਂਟ ਵਲੌਗ ਲਾਈਕ ਸਬਸਕ੍ਰਾਈਬ ਲਈ ਵੀ ਕਹਿ ਦਿਓ ਜੀ, ਥੋੜਾ ਜਿਹਾ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ ਲਿਓ। ਫਨੀ ਫਨੀ ਮੂਮੈਂਟ ਸਾਰੇ ਸ਼ੂਟਿੰਗ ਦੇ ਰਿਲੇਟਡ ਸਭ ਕੁਝ ਦਿਖਣਾ ਇਹਦੇ ਵਿੱਚ। ਚਲੋ ਜੀ ਕਰਦੇ ਇਹਨਾਂ ਨਾਲ ਗੱਲਬਾਤ, ਚੱਲਦੇ ਹਾਂ ਜੀ ਆਪਾਂ ਹੁਣ ਆਪਣੇ ਦੂਸਰੇ ਸ਼ੂਟਰਸ ਨੂੰ ਮਿਲ, ਅਰਜੁਨ ਚੀਮਾ ਅਤੇ ਸ਼ਿਵਾ ਨਰਵਾਲ ਨੂੰ, ਉਹਨਾਂ ਨੂੰ ਪੁੱਛਦੇ ਹਾਂ ਕਿੱਦਾਂ ਲੱਗਿਆ। ਹਾਂਜੀ ਚੀਮਾ ਜੀ, ਬੱਲੇ 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 ਕਰਾਤੀ ਜੀ ਸਿੰਘਾਂ ਨੇ ਆਪਣੇ। ਸ਼ਿਵਾ ਜੀ ਆਪ ਕਿਆ ਕਹਿਣਾ ਚਾਹੋਗੇ ਵਿਊਅਰਸ ਕੋ, ਆਪ ਮੈਡਲ ਜੀਤ ਕੇ ਆਏ, ਆਪਕੋ ਨਿਊਜ਼ ਕੋ, ਵਿਊਅਰਸ ਕੋ, ਵਿਊਅਰਸ ਕੋ ਆਪਕੋ ਬਹੁਤ ਬਹੁਤ ਮੁਬਾਰਕ ਹੋ, ਆਪਨੇ ਮੈਡਲ ਜੀਤਾ, ਧੰਨਵਾਦ ਬੋਲ ਦੀਜੀ ਇੱਕ ਵਾਰੀ। ਇਹ ਬਹੁਤ ਹੀ ਹੰਬਲ ਇਨਸਾਨ ਹੈ ਜੀ, ਬਿਲਕੁਲ ਜੀ, ਦੇਖੋ ਕਿਸ ਨਾਲ ਚਮਕ ਰਿਹਾ ਹੈ। ਲੋ ਜੀ ਗਾਈਸ, ਅੱਜ ਤੁਹਾਨੂੰ ਦਿਖਾਉਣ ਲੱਗੇ ਏਸ਼ੀਅਨ ਗੇਮ ਦਾ ਮੈਡਲ। ਬਾਈ ਜੀ ਆਪਣੇ ਆਪਣੇ ਮੈਡਲ ਦਿਖਾਓ ਜੀ,
ਗਾਇਜ਼ ਲੱਗ ਪਏ ਨੇ ਕੰਮ ਤੇ, ਦਿਖਾ ਦਿਓ ਸਾਰੇ ਸੇਮ ਹੀ ਹੈ। ਹਾਂਜੀ ਲੋ ਜੀ ਹੇਅਰ ਦਾ ਮੈਡਲ, ਲੋ ਜੀ ਕਿਹੜਾ ਮੈਡਲ ਹੈ ਜੀ ਇਹ? ਸਿਲਵਰ। ਹੁਣ ਤੁਹਾਨੂੰ ਦਿਖਾਉਣੇ ਆ ਗੋਲਡ। ਮੈਂ ਸੁਣਿਆ ਬਹੁਤ ਭਾਰੀ ਨੇ ਮੈਡਲ, ਅਤੇ ਅੱਜ ਰੀਅਲਾਈਜ਼ ਵੀ ਕਰ ਲਿਆ ਬਹੁਤ ਭਾਰੀ ਨੇ। ਆ ਰਿਹਾ ਜੀ ਗੋਲਡ, 19th ਏਸ਼ੀਅਨ ਗੇਮਸ। ਲਓ ਜੀ ਆਹ ਸੁਵੀਨੀਅਰ ਜੋ ਮਿਲਿਆ, ਵੈਸੇ ਹੈ ਕੀ ਹੈ ਇਹ ਸਮਝ ਹੀ ਨਹੀਂ ਆਉਂਦੀ। ਓਕੇ 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 ਮੈਡਲਸ ਕੱਢ ਲਈ ਆਪਾਂ, ਬੱਲੇ ਬੱਲੇ ਬੱਲੇ। ਦੇਖੋ ਜੀ ਥਿਕਨੈਸ ਮੈਡਲ ਦੀ, ਬਹੁਤ ਹੀ ਹੈਵੀ ਮੈਡਲ ਹੈ। ਹੈਗੀ ਯਾਰ ਇੱਥੇ ਵੇਟ ਮਸ਼ੀਨ ਚੈੱਕ ਕਰੀ, ਮੈਨੂੰ ਤਾਂ ਲੱਗ ਰਿਹਾ 1 ਕਿਲੋ ਦਾ ਅੱਧਾ ਵੇਟ ਤਾਂ ਇਹਦੇ 'ਚ ਹੋ ਗਿਆ ਹੋਣਾ ਲਗੇਜ 'ਚ ਮੈਡਲਸ ਦਾ। ਇੱਧਰ ਆਪਣੇ ਚੀਮਾ ਜੀ ਦਾ ਜੀ, ਬੱਲੇ ਬੱਲੇ ਚੱਕੋ ਜੀ, ਕਹਿੰਦੇ ਮੁੰਡਿਆਂ ਨੇ ਮਿਹਨਤ ਕਰੀ ਹੈ। ਇਹ ਜਾ ਰਹੇ ਨੇ ਜੀ ਹੁਣ ਨੀਚੇ, ਨੀਚੇ ਥੱਲੇ ਹੋਰ ਕੀ ਹੁੰਦਾ। ਕੌਫੀ ਵੀ ਆ ਗਈ ਆਪਣੀ, ਆ ਜਾਓ ਜੀ ਆ ਜਾਓ ਸਰ। ਇਹਨਾਂ ਨੇ ਮੇਰੇ ਲਈ ਕੌਫੀ ਆਰਡਰ ਕਰੀ, ਕਹਿੰਦੇ ਕੌਫੀ ਪੀ ਕੇ ਜਾਣੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਨਹੀਂ 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 ਚੀਮਾ ਜੀ ਹੁਣ ਕੌਫੀ ਤਿਆਰ ਕਰ ਰਹੇ ਨੇ ਤੁਹਾਨੂੰ, ਅੱਜ ਚੀਮਾ ਜੀ ਕੌਫੀ ਤਿਆਰ ਕਰਕੇ ਦਿਖਾਉਣਗੇ ਜੀ। ਵੈਸੇ ਹੈ ਤਾਂ ਬਣੀ ਹੋਈ ਆਈ ਹੈ ਜੀ, ਨਹੀਂ ਅਸੀਂ ਉਹ ਕੋਲੀ ਹੈ ਤਾਂ ਕਰਕੇ ਬਣੀ ਹੈ। ਸ਼ੂਗਰ ਫ੍ਰੀ ਜੀ, ਸ਼ੂਗਰ ਫ੍ਰੀ, ਤੁਹਾਨੂੰ ਪਤਾ ਅਸੀਂ ਹੈਲਥ ਫ੍ਰੀਕ ਹੈ। ਮੈਂ ਸਮਝ ਸਕਦਾ ਤੁਹਾਡੀ ਗੱਲ ਜੀ, ਹਾਂ ਆਪਾਂ ਇੱਕ ਦੂਜੇ ਨੂੰ ਸਮਝ ਸਕਦੇ ਹਾਂ। ਚੀਮਾ ਜੀ ਵੀ ਸਾਡੇ ਹੈਲਥ ਫ੍ਰੀਕ ਨੇ ਜੀ, ਬਹੁਤ ਧਿਆਨ ਰੱਖਦੇ ਨੇ ਆਪਣੀ ਸਿਹਤ ਦਾ। ਬਿਲਕੁਲ ਜੀ, ਅਸੀਂ ਵੀ ਇਹਨਾਂ ਨੂੰ ਦੇਖ ਕੇ ਇੰਸਪਾਇਰ ਹੁੰਦੇ ਰਹਿੰਦੇ ਹਾਂ। ਵਾਹ ਜੀ ਵਾਹ। ਚੀਮਾ ਜੀ ਹੁਣ ਪੱਗ ਬੰਨਣ ਨਹੀਂ ਸ਼ੁਰੂ ਕਰਦੀ ਜੀ, ਚੀਮਾ ਜੀ ਨੇ ਦੇਖੋ ਐਂ ਪੂਰੇ ਘੈਂਟ ਲੱਗਦੇ ਨੇ ਜੀ ਸਰਦਾਰ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਇੰਨੇ ਵਧੀਆ ਇਨਸਾਨ ਨੇ ਜੀ ਚੀਮਾ ਜੀ। ਆਪਾਂ ਇੱਥੇ ਚਾਹ, ਕੌਫੀ, ਕੌਫੀ ਸੋਰੀ ਨੋਟ ਚਾਹ ਰੱਖ ਦਈਏ। ਚੀਮਾ ਜੀ ਆਪਣੇ ਲਈ ਵੀ ਬਣਾਈ ਲਓ ਜੀ। ਹਾਂਜੀ ਹਾਂਜੀ ਜ਼ਰੂਰ, ਓਕੇ ਜੀ, ਮਿਲਦੇ ਜੀ ਇਸ ਤੋਂ ਬਾਅਦ। ਹੁਣ ਟਾਈਮ ਹੋ ਗਿਆ ਜੀ 11:15, ਇਹਨਾਂ ਨੇ ਜਾਣਾ ਨੀਚੇ। ਆਪਣੇ ਆਨਰੇਬਲ ਸਪੋਰਟਸ ਮਿਨਿਸਟਰ ਆ ਰਹੇ ਨੇ, ਮਿਸਟਰ ਅਨੁਰਾਗ ਠਾਕੁਰ, ਉਹਨਾਂ ਨਾਲ ਹਾਈਟ ਹੀ ਹੈ ਇਹਨਾਂ ਦੀ। ਯੈਸ, ਕੌਫੀ ਹਾਈ ਕੌਫੀ ਇਹ ਮੇਰੇ ਨਾਲ ਕਰ ਰਹੇ ਨੇ, ਅਤੇ ਹਾਈਟ ਹੀ ਇਹਨਾਂ ਦੀ ਮਿਸਟਰ ਅਨੁਰਾਗ ਠਾਕੁਰ ਜੀ ਨਾਲ ਹੈ। ਚਲੋ ਜੀ ਅਸੀਂ ਬਹਿ ਕੇ 2 ਮਿੰਟ ਗੱਪਸ਼ਪ ਕਰਦੇ ਹਾਂ ਜੀ, ਅਤੇ ਇਹਨਾਂ ਤੋਂ ਪੁੱਛਦੇ ਹਾਂ ਕਿਵੇਂ ਇਹਨਾਂ ਦਾ ਐਕਸਪੀਰੀਅੰਸ ਰਿਹਾ। ਦੇਖੋ ਜੀ ਅਸੀਂ ਸੋਚਦੇ ਸੀ ਵੀ ਦਿੱਲੀ ਦੇ ਵਿੱਚ ਪੋਲਿਊਸ਼ਨ ਹੈ, ਗ੍ਰੀਨਰੀ ਹੈ ਹੀ ਨਹੀਂ, ਇੱਥੋਂ ਐਂ ਲੱਗ ਰਿਹਾ ਜੀ ਦਿੱਲੀ ਦੇ ਵਿੱਚ ਗ੍ਰੀਨਰੀ ਗ੍ਰੀਨਰੀ ਹੈ। ਦੇਖੋ ਤੁਸੀਂ ਇਹ ਜੋ ਏਰੀਆ ਨਾ, ਏਰੀਆ ਬਹੁਤ ਵਧੀਆ ਜੀ ਇਹ ਸਾਰਾ, ਇਹ ਸੀ ਪੀ ਵਾਲਾ ਇਲਾਕਾ, ਸਾਰੀ ਅੰਬੈਸੀ ਸਾਈਡ ਇੱਧਰ, ਬਹੁਤ ਹੀ ਵਧੀਆ ਏਰੀਆ। ਚਲੋ ਜੀ ਦਿਓ ਸਾਨੂੰ ਇਜਾਜ਼ਤ, ਪੀਂਦੇ ਹਾਂ ਕੌਫੀ, ਬਾਏ ਬਾਏ। ਹਾਂਜੀ ਆ ਰਹੇ ਜੀ ਅਸੀਂ ਵਾਪਿਸ ਹੋਟਲ 'ਚੋਂ, ਜਾ ਰਹੇ ਹੋਸਟਲ, ਮੇਰੇ ਨਾਲ ਹੈ ਜੀ ਸ਼ਿਵਾ। ਸ਼ਿਵਾ ਜੀ ਹੈਲੋ ਜੀ, ਬਾਈ ਕਾ ਚੈਨਲ ਸਬਸਕ੍ਰਾਈਬ ਕਰੋ ਜਿਤਨਾ ਹੋ ਸਕੇ,
ਸ਼ੇਅਰ ਕਰੋ ਹਾਂਜੀ ਔਰ ਅੱਗੇ ਕਰੋ ਸ਼ਿਵਾ ਦੇ ਬ੍ਰਦਰ ਨੇ ਜੀ ਓਲੰਪਿਕ ਕੋਟਾ ਲਿਆ ਪੈਰਾਲੰਪਿਕ ਕੋਟਾ ਕੰਗ੍ਰੈਚੁਲੇਸ਼ਨ ਸ਼ਿਵਾ ਥੈਂਕ ਯੂ ਯਾਰ ਤੁਸੀਂ ਵੀ ਵਧਾਈ ਦੇ ਦਿਓ ਮੇਰੇ ਕੋ ਵੀ ਦਿਲਵਾ ਦਿਓ ਇਸਕੋ ਵੀ ਮੁਬਾਰਕ ਦੇ ਦਿਓ ਜੀ ਇਸਨੇ ਵੀ ਏਸ਼ੀਅਨ ਗੇਮ ਮੇਂ ਮੈਡਲ ਲਿਆ ਹੈ ਗਾੜੀ ਚਲਾ ਲਓ ਆਪ ਅੱਛਾ ਸ਼ੂਟ ਰਿਹਾ ਜੀ ਬਾਕੀ ਆਗੇ ਜੇ ਸੰਭਾਲੇਗਾ ਹਾਂਜੀ ਸ਼ਿਵਾ ਜੀ ਕੀ ਬੋਲਣਾ ਹੈ ਆਪ ਬਤਾਓ ਕੈਸਾ ਐਕਸਪੀਰੀਅੰਸ ਰਹਾ ਆਪਕਾ ਏਸ਼ੀਅਨ ਗੇਮਸ ਕਾ ਏਸ਼ੀਅਨ ਗੇਮਸ ਕਾ ਐਕਸਪੀਰੀਅੰਸ ਗੋਲਡ ਮੈਡਲ ਕਾਫੀ ਨਹੀਂ ਬਤਾਨੇ ਕੇ ਲਈ ਮੈਡਲ ਹੀ ਕਾਫੀ ਐਕਸ ਬਤਾਨੇ ਕੇ ਲਈ ਕਹਤੇ ਹਾਂ ਸ਼ਿਵਾ ਜੀ ਇਹ ਕਹਿਣਾ ਚਾਹਤੇ ਹੈ ਕਿ ਹਮਨੇ ਮਿਹਨਤ ਕੀ ਔਰ ਮੈਡਲ ਲਿਆ ਔਰ ਇਸ ਇਹ ਤਾਂ ਕੁਛ ਨਹੀਂ ਜੀ ਇਸਕਾ ਭਾਈ ਬਹੁਤ ਜ਼ਿਆਦਾ ਮਿਹਨਤ ਕਰਤਾ ਹੈ ਜੀ ਉਨਸੇ ਵੀ ਆਪਕੋ ਕਭੀ ਹਮ ਮਿਲਵਾਏਂਗੇ ਮਨੀਸ਼ ਨਰਵਾਲ ਉਸਕਾ ਤਾਂ ਪੈਰਾਲੰਪਿਕ ਮੇਂ ਮੈਡਲ ਹੈ ਜੀ ਕੌਨ ਸਾ ਨਾ ਗੋਲਡ ਮੈਡਲਿਸਟ ਹੈ ਨਾ ਗੋਲਡ ਮੈਡਲਿਸਟ ਹੈ ਜੀ ਪੈਰਾਲੰਪਿਕ ਗੇਮ ਦੇ ਵਿੱਚ ਟੋਕਿਓ ਇਸ ਸਾਲ ਵੀ ਉਹਨੇ ਕੋਟਾ ਲੈ ਲਿਆ ਇਹ ਦੋਨੇ ਬ੍ਰਦਰ ਬਹੁਤ ਵਧੀਆ ਸ਼ੂਟਰ ਨੇ ਇਹ ਚਲੋ ਅੱਗੇ ਹੁਣ ਥੋੜ੍ਹੇ ਹੋਰ ਤਾਰੇ ਕਰ ਦੋ ਜੀ ਤਾਰੀਫ ਭਾਲਦਾ ਆਪਦੀ ਬੋਲਦਾ ਤਾਂ ਕੁਛ ਹੈ ਨੀ ਬਿਲਕੁਲ ਕਮੈਂਟਾਂ ਜਿਹਨੂੰ ਕਹਿ ਦੋ ਬਹੁਤ ਵਧੀਆ ਸ਼ੂਟਰ ਹੈ ਸਾਹਿਬ ਖੁਸ਼ ਹੋ ਜਾਣਾ ਇਹਨੇ ਇਹਨੇ ਨਾਲ ਅਸੀਂ ਯਾਰ ਮੈਂ ਬਲੌਗ ਮੇਂ ਬੈਠਾ ਹਾਂ ਵੀ ਮੇਰੀ ਬਾਤ ਕਰੋ ਨਾ ਬਈ ਕੀ ਕਰੇ ਤੂੰ ਥੋੜੀ ਤਾਰੀਫ ਹੁਣ ਅਸੀਂ ਜਾ ਰਹੇ ਹਾਂ ਜੀ ਹੋਸਟਲ ਵਾਪਿਸ ਫਿਰ ਜਾ ਕੇ ਅੱਗੇ ਦਾ ਦਿਨ ਦੇਖਦੇ ਹਾਂ ਕੀ ਬਣਦਾ ਅੱਜ ਮੰਡੇ ਹੈ ਆਫ ਸੀ ਟ੍ਰੇਨਿੰਗ ਅੱਜ ਹੈ ਨਹੀਂ ਤਾਂ ਕਰਕੇ ਮੈਂ ਇਹਨੂੰ ਲੈਣ ਆ ਗਿਆ ਵੈਸੇ ਨਹੀਂ ਮੈਂ ਇਹਨਾਂ ਨੂੰ ਕਿੱਥੇ ਲੈਣ ਆਉਂਦਾ ਸੀ ਆਪੇ ਆ ਜਾਂਦੇ ਸਰਬਜੋਤ ਹੈ ਸਰਬਜੋਤ ਦੂਸਰੀ ਗੱਡੀ 'ਚ ਆ ਰਿਹਾ ਉਹ ਅੱਗੇ ਜਾ ਰਿਹਾ ਉਹ ਉੱਥੇ ਜਾ ਕੇ ਮਿਲਦਾ ਚੀਮਾ ਜੀ ਆ ਰਹੇ ਸੀਗੇ ਚੀਮਾ ਜੀ ਕਹਿੰਦੇ ਮੈਨੂੰ ਟਾਈਮ ਲੱਗ ਜੂ ਉਹ ਪੈਕਿੰਗ 'ਚ ਕਰ ਰਹੇ ਸੀ ਉਹਨਾਂ ਦੇ ਚਾਚਾ ਜੀ ਆ ਰਹੇ ਨੇ ਉਹ ਉਹਨਾਂ ਨਾਲ ਜਾਣਾ ਉਹਨਾਂ ਨੇ ਚਲੋ ਜੀ ਮਿਲਦੇ ਹਾਂ ਜੀ ਬੱਤੀਆਂ ਗ੍ਰੀਨ ਹੋ ਗਈਆਂ ਜੀ ਕੇ 2 ਪਹੁੰਚ ਗਏ ਜੀ ਐਮ ਬਲੌਕ ਲੰਚ ਕਰਨ ਲਈ ਭੁੱਖ ਬਹੁਤ ਲੱਗ ਰਹੀ ਹੈ ਸਵੇਰ ਦਾ ਕੁਛ ਖਾਧਾ ਨਹੀਂ ਹੁਣ ਅਸੀਂ ਚੱਲਦੇ 24/7 ਕੁਛ ਲੈ ਲਈਏ ਬਹੁਤ ਮੈਡਲ ਦੀ ਸ਼ੂਟਿੰਗ ਮੇਂ ਉਨਮੇਂ ਸੇ ਏਕ ਯੇ ਹੈ ਕੌਨ ਸੀ ਸ਼ੂਟਿੰਗ ਸੋਚ ਰਹੇ ਹੋ ਗਨ ਵਾਲੀ ਹਾਂ ਵਹੀ ਵਾਲੀ ਮੈਂ ਉਸ ਮੀਟਰ ਵਾਲੇ ਨੇ ਸਰ 10 ਮੀਟਰ 10 ਮੀਟਰ ਪਿਸਟਲ ਜੀ ਹੈ ਕਿ ਆਪਨੇ ਕਰਕੇ ਜੋ ਪਤਾ ਆ ਰਿਹਾ ਸਰ ਕਰਨਾ ਸ਼ੁਰੂ ਕਰਦੇ ਹਾਂ ਲੰਚ ਭੁੱਖ ਬਹੁਤ ਲੱਗੀ ਹੈ ਕਿਉਂਕਿ ਲੇਟ ਹੋ ਗਈ ਸੀ ਲੰਚ ਤੋਂ ਚਲੋ ਜੀ